ਚੱਲ ਰਹੇ ਨੇ ਔਰ ਪੀਰ ਸਾਹਿਬ ਦੀ ਕਿਆਦਤ 'ਚ ਚੱਲ ਰਹੇ ਨੇ ਔਰ ਅਲਹਮਦੁਲਿਲਾ ਅਸੀਂ ਵੀ ਇਹਦਾ ਹਿੱਸਾ, ਬਲਕਿ ਹੁਣ ਮਦਨੀ ਸਾਊਂਡ ਵਾਲੇ ਵੀ ਇਹਦਾ ਹਿੱਸਾ ਹੀ ਨੇ, ਬਾਹੂ ਪ੍ਰੋਡਕਸ਼ਨ ਵਾਲੇ ਅਲਾਮਾ ਰਫਾਕਤ ਅਲੀ ਕਾਦਰੀ ਸਾਹਿਬ, ਅਲੀਮ ਯਕੂਬ ਸੁਲਤਾਨੀ ਸਾਹਿਬ ਤੇ ਮਾਸ਼ਾਅੱਲਾ ਬਹੁਤ ਹੀ ਜ਼ਿਆਦਾ ਹਿੱਸਾ ਨੇ। ਤੇ ਮੈਂ ਕਹਿਣਾ ਹੱਕ ਬਾਹੂ, ਤੁਸੀਂ ਆ ਚੁੱਕ ਕੇ ਕਹਿਣਾ ਸੁਲਤਾਨ ਬਾਹੂ। ਹਾਂ ਤੇਰੀ ਆਲਾ ਹੈ ਸ਼ਾਨ ਬਾਹੂ, ਤੇਰੀ ਆਲਾ ਹੈ ਸ਼ਾਨ ਬਾਹੂ, ਹੱਕ ਬਾਹੂ ਸੁਲਤਾਨ ਬਾਹੂ, ਹੱਕ ਬਾਹੂ ਸੁਲਤਾਨ ਬਾਹੂ, ਹੱਕ ਬਾਹੂ ਸੁਲਤਾਨ ਬਾਹੂ, ਹੱਕ ਬਾਹੂ ਸੁਲਤਾਨ ਬਾਹੂ, ਤੇਰੀ ਆਲਾ ਹੈ ਸ਼ਾਨ ਬਾਹੂ, ਤੇਰੀ ਆਲਾ ਹੈ ਸ਼ਾਨ ਬਾਹੂ, ਹੱਕ ਬਾਹੂ ਅਚੂਕੋ ਬਾਹੂ, ਹੱਕ ਬਾਹੂ ਸੁਲਤਾਨ ਬਾਹੂ, ਹੱਕ ਬਾਹੂ ਸੁਲਤਾਨ ਬਾਹੂ, ਪੰਜਾਂ ਬਾਰਾਂ ਤੈਨੂੰ ਸਜਾਇਆ, ਪੰਜਾਂ ਬਾਰਾਂ ਤੈਨੂੰ ਸਜਾਇਆ, ਚਾਰਾਂ ਯਾਰਾਂ ਤੈਨੂੰ ਰੰਗ ਲਾਇਆ, ਪੰਜਾਂ ਬਾਰਾਂ ਤੈਨੂੰ ਸਜਾਇਆ, ਹਾਂ ਪੰਜਾਂ ਬਾਰਾਂ ਮਲਕ ਹੋਵੇ, ਅਵਾਨ ਹੋਵੇ, ਹਜ਼ਰਤ ਸਖੀ ਸੁਲਤਾਨ ਬਾਹੂ ਰਹਿਮਤੁਲਾਹਿ ਤਾਲਾ ਲੈ ਆਪ ਵੀ ਅਵਾਨ ਤੇ ਫੈਜ਼, ਹਜ਼ਰਤ ਸਰਕਾਰ ਗਾਜ਼ੀ ਅਬਾਸ ਅਲਮਦਾਰ ਤੋਂ ਆਇਆ ਹੋਏ, ਤੇ ਫਿਰ ਕਿਉਂ ਨਾ ਕਵਾਂ ਸ਼ਕੀਲ, ਕਿਉਂ ਨਾ ਕਵਾਂ ਪੰਜਾਂ ਬਾਰਾਂ ਦਾ ਖਾਸ ਗਾਜ਼ੀ, ਪੰਜਾਂ ਬਾਰਾਂ ਦਾ ਖਾਸ ਗਾਜ਼ੀ, ਸਲਾਮ ਤੈਨੂੰ ਅਬਾਸ ਗਾਜ਼ੀ, ਸਲਾਮ ਤੈਨੂੰ ਅਬਾਸ ਗਾਜ਼ੀ, ਪੰਜਾਂ ਬਾਰਾਂ ਦਾ ਖਾਸ ਗਾਜ਼ੀ, ਸਲਾਮ ਤੈਨੂੰ ਸਲਾਮ ਤੈਨੂੰ ਅਬਾਸ ਗਾਜ਼ੀ, ਸਭ ਯਜ਼ੀਦੀ ਤੇਰੇ ਤੋਂ ਡਰਦੇ, ਸਭ ਯਜ਼ੀਦੀ ਤੇਰੇ ਤੋਂ ਡਰਦੇ, ਨਾਮ ਸੁਣ ਕੇ ਮੁਨਕਰ ਨੇ ਮਰਦੇ, ਨਾਮ ਸੁਣ ਕੇ ਮੁਨਕਰ ਨੇ ਮਰਦੇ, ਭਾਵੇਂ ਕੁਰਸੀਆਂ ਤੇ ਰਾਮ ਨਾ ਬੈਠੇ ਜਾਂ ਖੜਾ ਜਾਂ ਸਟੇਜ ਤੇ ਬੈਠੇ, ਹੱਥ ਚੁੱਕ ਕੇ ਕਹੇਗਾ ਬਸ ਹਲਾਲੀ, ਬਸ ਹਲਾਲੀ ਨੋ ਰਾਸ ਗਾਜ਼ੀ, ਬਸ ਹਲਾਲੀ ਨੋ ਰਾਸ ਗਾਜ਼ੀ, ਸਲਾਮ ਤੈਨੂੰ। ਲਓ ਜੀ, ਲਓ ਜੀ, ਲਓ ਜੀ, 16 ਅਕਤੂਬਰ ਬਾਦਸ ਨਮਾਜ਼ ਇਸ਼ਾ, ਉਹ 10 ਰਬੀਉਲ ਅਵਲ ਬਣੇ, 9 ਰਬੀਉਲ ਅਵਲ ਬਣੇ, ਜਿਹੜੇ ਵੀ ਡੇਟ ਬਣੇ, ਮਸਜਿਦ ਹੁਸੈਨ ਦੇ ਵਿੱਚ ਇਨਸ਼ਾਅੱਲਾ ਅਜ਼ੀਮੁ ਸ਼ਾਨ ਜਸ਼ਨੇ ਮਿਲਾਦ ਮੁਸਤਫਾ ਦਾ ਇਨਕਾਦ ਹੋਏਗਾ। ਮਗਰਬ ਤੋਂ ਬਾਅਦ ਇਨਸ਼ਾਅੱਲਾ ਸਿਲਸਿਲਾ ਸ਼ੁਰੂ ਹੋ ਜਾਏਗਾ, ਫਿਰ ਰਾਤ ਗਏ ਜੀ ਜ਼ੋਰ ਤੋਂ ਬਾਅਦ, ਪੀਰ ਸਾਈਂ ਫਰਮਾ ਰਹੇ ਨੇ ਜ਼ੋਰ ਤੋਂ ਬਾਅਦ ਸ਼ੁਰੂ ਹੋ ਜਾਏਗਾ, ਤੇ ਇਨਸ਼ਾਅੱਲਾ ਫਿਰ ਰਾਤ ਗਏ ਤੱਕ ਇਹ ਚੱਲਦਾ ਰਹੇਗਾ। ਔਰ ਜਿਹੜਾ ਜਸ਼ਨ ਦਾ ਸਮਾਂ ਪਿਛਲੇ ਸਾਲ ਮੈਂ ਉੱਥੇ ਵੇਖਿਆ, ਮਾਸ਼ਾਅੱਲਾ ਅਲਾਮਾ ਸਾਹਿਬ ਨੂੰ ਵੀ ਪਤਾ ਹੈ ਤੇ ਜਿਹੜੇ ਜਿਹੜੇ ਉੱਥੇ ਗਏ ਸੀ ਉਹਨਾਂ ਸਾਰਿਆਂ ਨੂੰ ਪਤਾ ਹੈ, ਜਿਸ ਖੂਬਸੂਰਤ ਅੰਦਾਜ਼ 'ਚ ਮਾਸ਼ਾਅੱਲਾ ਤਮਾਮ ਖਾਤਮੀਨ ਨੇ, ਮੇਰੇ ਭਾਈ ਅਲੀਮ ਯਕੂਬ ਸੁਲਤਾਨੀ ਸਾਹਿਬ, ਵਸੀਮ ਯਕੂਬ ਸੁਲਤਾਨੀ ਸਾਹਿਬ, ਅਜ਼ੀਮ ਯਕੂਬ ਸੁਲਤਾਨੀ ਸਾਹਿਬ, ਔਰ ਪੂਰੀ ਇੰਤਜ਼ਾਮੀਆਂ ਨੇ, ਤਮਾਮ ਬਾਹੂ ਪ੍ਰੋਡਕਸ਼ਨ ਵਾਲਿਆਂ ਨੇ, ਜਿੰਨੇ ਵੀ ਇਹਦੇ ਵਿੱਚ ਸ਼ਾਮਿਲ ਨੇ, ਸਭ ਨੇ ਸੋਹਣਾ ਜਸ਼ਨ ਦਾ ਇਹਤਮਾਮ ਕੀਤਾ। ਔਰ ਆਤਿਸ਼ਬਾਜ਼ੀ ਦਾ ਵੀ ਉੱਥੇ ਮਾਸ਼ਾਅੱਲਾ ਮਸਜਿਦ ਹੁਸੈਨ 'ਚ ਇੱਕ ਮੰਜ਼ਰ ਐਸਾ ਆਇਆ, ਉਹ ਮੈਨੂੰ ਯਾਦ ਹੈ, ਉਹ ਮੈਂ ਉਦੋਂ ਸ਼ੇਰ ਪੜ੍ਹ ਰਿਹਾ ਸੀ। ਅੱਛਾ ਅੱਛਾ ਠੀਕ। ਇਹ ਸਾਰਾ ਪਿਆਰ ਜ਼ਮਾਨੇ ਦਾ ਉਹਦੇ ਪਿਆਰ ਤੋਂ ਵਾਰ ਦਿਆਂ, ਨੁਮਾਨ ਉੱਠਿਆ ਨਾ ਕਰ, ਸਾਰਾ ਪਿਆਰ ਇੱਥੇ ਪਤਾ ਨਹੀਂ ਨਾ ਲੱਗਦਾ, ਸਾਰਾ ਪਿਆਰ ਜ਼ਮਾਨੇ
مسجد حسین تو وار دیا ہاتھ اٹھا کے دونوں جیت جان میٹھل مدنی من تھارا تو وار دیا جیت جان میٹھل مدنی من تھارا تو وار دیا سارا پیار زمانے دا مسجد حسین تو وار دیا سارا پیار مسجد حسین مسجد حسین مسجد حسین 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 سارا پیار زمانے دا مسجد حسین تو وار دیا جیت جان میٹھل مدنی من تھا تو وار دیا جیت جان میٹھل مدنی من تھا تو وار دیا مسجد حسین مسجد حسین.